ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਅੱਜ ਆਪਾਂ ਚੱਲੇ ਹਾਂ ਕਣਕ ਬੀਜਣ, ਅਤੇ ਆਪਾਂ ਕਰ ਲਈਏ ਟਰੈਕਟਰ ਦਾ ਤੇਲ ਪਾਣੀ ਚੈੱਕ, ਅਤੇ ਫਿਰ ਬੀਜਦੇ ਹਾਂ ਕਣਕ। ਅੱਜ ਮੀਂਹ ਮੂੰਹ ਦਾ ਰੁੱਖ ਆ, ਬੱਦਲ ਬੁੱਦਲ ਤਾਂ ਹੋਇਆ ਵਾ, ਚਲੋ ਦੇਖਦੇ ਹਾਂ ਕੀ ਬਣਦਾ। ਆਪਾਂ ਕਰ ਲਈਏ ਉਹਨਾਂ ਟਾਈਮ ਤੇਲ ਤੂਲ ਚੈੱਕ, ਅਤੇ ਫਿਰ ਵੇਖਦੇ ਹਾਂ। ਤੇਲ ਪਾਇਆ ਤਾਂ ਹੈਗਾ ਨਹੀਂ, ਕਿੰਨੇ ਦਿਨ ਹੋ ਗਏ ਆ, ਟਰੈਕਟਰ ਕੱਢਿਆ ਹੀ ਨਹੀਂ ਬਾਹਰ। ਟਰੈਕਟਰ ਘਰੇ ਹੀ ਆ, ਅਤੇ ਤੇਲ 30 ਟੈਂਕੀ। ਸਵਾਦਾ ਹੁਣ ਮਿਲਦੇ ਹਾਂ ਪੈਲੀ 'ਚ। ਪੈਲੀ 'ਚ ਕਰਤਾ ਕੰਮ ਸਟਾਰਟ, ਅਤੇ ਪੈਲੀ ਵਾਹ ਕੇ ਇੱਦਾਂ ਛੱਡਤੀ ਸੀ, ਮੀਂਹ ਮੂੰਹ ਪੈਣ ਕਾਰਨ ਪੈਲੀ 'ਚ ਘਾਹ ਬਹੁਤ ਹੋ ਗਿਆ, ਅਤੇ ਇੱਦਾਂ ਸੁੱਤ ਨਹੀਂ ਹੋਣਾ, ਸੁਹਾਗੇ 'ਚ ਪਾਉਣੀ ਪੈਣੀ ਆ ਮਿੱਟੀ। ਅਤੇ ਇੱਧਰਲੀ ਸਾਈਡ 'ਤੇ ਟਰੈਕਟਰ ਆਉਂਦਾ, ਫੇਰ ਭਰਦੇ ਹਾਂ ਮਿੱਟੀ। ਅੱਗੇ 'ਚ ਪਾਤੀ ਆ ਮਿੱਟੀ, ਅਤੇ ਨਾ ਫਿਰ ਚੰਗੀ ਤਰ੍ਹਾਂ ਘਾਹ ਰਗੜੂਗੀ, ਸੁਹਾਗਾ ਹੌਲਾ ਵਾ ਉਹਦਾ ਕਰਕੇ ਘਾਹ ਸਹੀ ਨਹੀਂ ਹੁੰਦਾ। ਹਵਾ ਹੁਆ ਕਰਦੇ ਸੁੱਕ ਜੇ, ਫਿਰ ਦੇਖਦੇ ਇਹਨੂੰ।